गुड मॉर्निंग 7th क्लास। मैनू उम्मीद है तुसी सारे अपने घर ठीक ठाक होवोगे अते अपनी स्टडी प्रॉपर वे नाल कर रहे होवोगे। बच्चों आज असी पंजाबी क्लास विच पार्ट नंबर 6 बलदा वाला प्यारा सिंह पढ़ांगे। एक कहानी है, इस कहानी दे कहानीकार हन हरनेक सिंह कलेर। कहानीकार ने कहानी इस तरह सुनाई कि पिंड दे गुरुद्वारे हर रोज़ सवेरे 4 बजे भाई दी आवाज़ कन्नी पैंदे ही प्यारा सिंह मंजे तो उठ खोड़दा। पहला वो पशुआं नू पट्ठे पाउंदा, फिर नलका गेड़ के पानी भरदा ते वाहिगुरू बोलदा, इशनान करन लग जांदा। इशनान करन तो बाद वो पशुआं दी बलदां दी कुरली विच हाथ मार के पट्ठे कट्ठे करदा ते आखदा, रज लो शेरो फिर खेतां नू चलांगे। शेरो किनू कहिंदा सी? बलदां नू, मतलब अपने पशुआं नू लाड़ नाल कहिंदा सी। पशुआं तो वेला हो के वो चलानी कोल आ के धन कुर नू आवाज मारदा, धन कुरे लस्सी रिड़क लई तां गड़वी भर लिया, फिर मैं खेत नू जाणा है। यानी कि खाली पेट पहला लस्सी पी के फिर खेत नू काम करन नू चल जांदा सी। ये प्यारा सिंह दा नितनेम सी। सारे पिंड विच ओह बलदां वाला प्यारा सिंह नां नाल मशहूर सी। हरी क्रांति वेले ओह अपनी 20 बीघे जमीन दी खेती बलदां नाल ही करदा सी। अज भी उसदे बलद नवे नरोए सन। हर रोज़ सवेरे उठ के राती बनाई स्कीम अनुसार खेतां विच जा के अपने काम विढ लैंदा मीन शुरू कर लैंदा। हल जोड़ना होवे भावें ਉਹ ਖੂਹ, ਮਤਲਬ ਕੋਈ ਵੀ ਕੰਮ ਉਹਨੇ ਕਰਨਾ ਹੁੰਦਾ ਸੀ ਸਵੇਰ ਦਾ, ਅਤੇ ਉੱਥੇ ਖੇਤਾਂ ਨੂੰ ਚਲ ਜਾਂਦਾ ਅਤੇ ਉਹ ਹਾਜ਼ਰੀ ਖੇਤ ਵਿੱਚ ਹੀ ਖਾਂਦਾ ਸੀ। ਹਾਜ਼ਰੀ ਮਤਲਬ ਸਵੇਰ ਦਾ ਬ੍ਰੇਕਫਾਸਟ, ਮਤਲਬ ਕਿ ਸਵੇਰ ਦਾ ਨਾਸ਼ਤਾ ਜਿਵੇਂ ਹੋ ਗਿਆ, ਬ੍ਰੇਕਫਾਸਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੇ ਖੇਤਾਂ 'ਚ ਕਰਨਾ ਹੁੰਦਾ ਸੀ। ਨੀਵੀਆਂ ਵਿੱਚ ਟੋਬਿਆਂ ਤੋਂ ਪਾਣੀ ਪਾਰ ਖੂਹ ਦੇ ਸਿਰ 'ਤੇ ਸਦਕਾ ਉਹ ਸਾਰੇ ਖੇਤ ਉਹਦੇ ਹਰੇ ਭਰੇ ਰਹਿੰਦੇ ਸੀ। ਮਤਲਬ ਉਹੀ ਜਿਹੜਾ ਉਹਦਾ ਖੇਤ ਸੀ ਉਹਦੇ ਸਹਾਰੇ ਹੀ ਉਹ ਰਹਿੰਦਾ, ਅਤੇ ਉਹਨੇ ਉੱਥੋਂ ਹੀ ਉਹਨੇ ਪਾਣੀ ਦੀ ਸਪਲਾਈ ਕਰਦਾ ਸੀ। ਉਸਨੇ ਖੇਤੀ ਦੇ ਢੰਗ ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ। ਪਿਆਰਾ ਸਿੰਘ ਨੂੰ ਆਪਣੇ ਬਾਪੂ ਦੀਆਂ ਗੱਲਾਂ ਅੱਜ ਵੀ ਯਾਦ ਨੇ। ਮਤਲਬ ਪਿਆਰਾ ਸਿੰਘ ਦੇ ਫਾਦਰ ਦਾ ਨਾਂ ਸੀ ਦੀਦਾਰ ਸਿੰਘ, ਅਤੇ ਉਹ ਵੀ ਇੱਕ ਸੁਚੱਜਾ ਕਿਸਾਨ ਸੀ, ਅਤੇ ਉਹਨੇ ਆਪਣੇ 'ਚ ਜੋ ਗੁਣ ਸੀ ਉਹ ਆਪਣੇ ਪੁੱਤਰ ਪਿਆਰਾ ਸਿੰਘ ਦੇ ਵਿੱਚ ਭਰੇ। ਹਾਂਜੀ, ਪਿਆਰਾ ਸਿਆਂ ਮਤਲਬ ਉਹਦੇ ਫਾਦਰ ਸਾਹਿਬ ਉਹਦਾ ਬਾਪੂ ਨੂੰ ਕਹਿੰਦਾ ਸੀ, ਪਿਆਰਾ ਸਿਆਂ ਹਰ ਰੋਜ਼ ਸਵਖਤੇ ਖੇਤ ਜਾਇਆ ਕਰ, ਖੇਤ ਦੀ ਹਰ ਵੱਟ ਬੰਨੇ 'ਤੇ ਗੇੜਾ ਮਾਰੀ ਦਾ ਹੁੰਦਾ, ਰੁੱਖ ਬੂਟੇ 'ਤੇ ਫਸਲ ਦੇ ਪੱਤਿਆਂ ਨੂੰ ਧਿਆਨ ਨਾਲ ਦੇਖੀਦਾ। ਫਸਲਾਂ ਦਾ ਤਾਂ ਧੀਆਂ ਪੁੱਤਾਂ ਤੋਂ ਵੀ ਵੱਧ ਖਿਆਲ ਰੱਖਣਾ ਪੈਂਦਾ, ਹੱਥਾਂ ਨਾਲ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਰਹਿੰਦੀ। ਸੱਚਮੁੱਚ ਪਿਆਰਾ ਸਿੰਘ ਨੂੰ ਕਿਸੇ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ। ਦੁੱਧ ਪੁੱਤ ਅਤੇ ਧੀ ਉਸਦੇ ਘਰ ਸਨ, 2 ਮੱਝਾਂ, 1 ਗਾਂ, ਇਹ ਨਗੋਰੀ ਬਲਦਾਂ ਦੀ ਜੋੜੀ, ਅਤੇ ਨਾਲ ਉਹ ਆਪਣੇ ਘਰ ਨੂੰ, ਮਤਲਬ ਇਹ ਸਾਰਾ ਕੁਛ ਉਹਦੇ ਘਰ ਸੀ, ਤਾਂ ਉਹਦੇ ਕਰਕੇ ਉਹ ਖੁਸ਼ ਸੀ, ਅਤੇ ਉਹ ਕਹਿੰਦਾ ਸੀ ਮੇਰਾ ਘਰ।